ਅਸੀਂ ਤੇ ਕੀ ਗੱਲ ਹੋਈ ਅੱਜ ਮੇਰੇ ਭਰਾ ਦੀ ਡੈਥ ਹੋ ਗਈ ਕਿਸ ਤਰ੍ਹਾਂ ਤੇ ਮੇਰੇ ਭਰਾ ਦੀ ਡੈਥ ਇਹ ਤਾਂ ਹੋ ਗਈ ਜਿਹੜੀ ਕਿਸੇ ਨੇ ਪੱਟਾ ਕਰਾਤਾ ਸੀਗਾ ਸਲੀਮ ਨਾਲ ਸਲੀਮ ਨਾਲ ਵਿਅਕਤੀ ਸੀਗਾ ਜਿਹੜਾ ਮੁੜੇ ਪੱਟਾ ਕਰਵਾਤਾ ਸੀਗਾ ਅਤੇ ਸਾਡੇ ਜਿਹੜੇ ਡਿਪਰੈਸ਼ਨ 'ਚ ਆ ਕੇ ਨਾ ਪੂਰੇ ਡਰ 'ਚ ਕਿੰਨੀ ਉਮਰ ਸੀਗੀ ਉਹ 28 ਸਾਲ ਉਮਰ ਸੀ ਕੀ ਕਾਰਨ ਸੀਗਾ ਡਿਪਰੈਸ਼ਨ ਦਾ ਉਹਦਾ ਡਿਪਰੈਸ਼ਨ ਦਾ ਇਹ ਸੀ ਉੱਥੇ ਪਰਚਾ ਹੋ ਗਿਆ ਸੀ ਸਾਡੇ ਤੇ ਹੀ ਰਿਹਾ ਝੂਠਾ ਪਰਚਾ ਪਾਇਆ ਗਿਆ ਮੈਨੂੰ ਪਹਿਲਾਂ ਘਰੇ ਬੁਲਾਇਆ ਫੋਨ ਕਰਕੇ ਮੇਰੀ ਘਰ ਵਾਲੀ ਨੇ ਮੇਰੀ ਵਾਈਫ ਨੇ ਬੁਲਾਇਆ ਮਾਲਮ ਕਰਨਾ ਹਿਸਾਬ ਕਰਨ ਲਈ ਇਕੱਲੇ ਨੂੰ ਮੈਂ ਇਕੱਲੇ ਹੀ ਗਿਆ ਸੀਗਾ ਉੱਥੇ ਮੇਰੇ ਨਾਲ ਗਾਲੀ ਗਲੋਚ ਕਰਨ ਲੱਗ ਗਏ ਕੌਣ ਸੰਜੀਵ ਕੁਮਾਰ ਭੱਲਾ ਸੀਗਾ ਨਾਲ ਦੀ ਭੈਣ ਸੀਗੀ ਨਾਲ ਇੱਕ ਉਹਦਾ ਭਤੀਜਾ ਸੀਗਾ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਕਰਨੀ ਹੈਗੀ ਮੈਂ ਬਾਅਦ 'ਚੋਂ ਕਰੂੰਗਾ ਮੈਂ ਜਾਣ ਲੱਗਾ ਮੈਨੂੰ ਫੜ ਕੇ ਧੱਕੇ ਨਾਲ ਅੰਦਰ ਵੜਾਇਆ ਆਪਣੇ ਸ਼ੀਸ਼ੇ ਆਪ ਤੋੜ ਕੇ ਅਤੇ ਮੈਨੂੰ ਕਹਿੰਦੇ ਤੇ 452 ਲਗਾਉਣੀ ਇੱਧਰ ਦੇਖੋ ਬਾਈ ਸਾਹਿਬ ਅਤੇ 452 ਲਾ ਮੈਂ ਉੱਥੋਂ ਦੀ ਦੇਖ ਕੇ ਮੌਕਾ ਭੱਜ ਗਿਆ ਬਾਅਦ 'ਚੋਂ ਇਹਨਾਂ ਨੇ ਮੇਰੇ ਯਾਰ ਦੋਸਤ ਮੇਰੇ ਭਰਾ ਦਾ ਨਾਲ ਝੂਠਾ ਹੀ ਪਵਾਤਾ ਵਿੱਚ ਉਹਨਾਂ ਦੇ 452 ਲਵਾਤੀ ਨਹੀਂ ਹੈ ਜੀ ਅਸੀਂ ਕੀ ਨਾਮ ਮਨਪ੍ਰੀਤ ਨਾਗਰ ਆ ਜਿਹਦੀ ਡੈਥ ਹੋਈ ਅਤੇ ਮੇਰਾ ਭਰਾ ਹਰਪ੍ਰੀਤ ਸਿੰਘ ਝੂਠਾ ਪਰਚਾ ਇਹਨਾਂ ਨੇ ਸਾਡੇ ਉੱਤੇ ਪਾਇਆ ਵਾ ਅਤੇ ਉੱਤੋਂ ਸੋਨੂੰ ਨੂੰ ਕਹਿੰਦਾ ਯਾਰ ਦੋਸਤ ਦਾ ਕੋਈ ਉਹ ਇੰਸਪੈਕਟਰ ਦਾ ਮੁੰਡਾ ਸ਼ਹਿਰ ਕਹਿੰਦਾ ਯਾਰ ਮੈਂ ਪਰਚਾ ਕਰਾਇਆ ਕਰ ਲਓ ਜੋ ਕਰਨਾ ਤੁਸੀਂ ਅਸੀਂ ਕੱਲ੍ਹ ਅਤੇ ਪਰਸੋਂ ਦੇ ਪਰੇਸ਼ਾਨ ਘੁੰਮ ਰਹੇ ਹਾਂ ਉਸ ਕੱਲ੍ਹ ਨੋਨੇ ਨਾਲ ਸੀਗਾ ਪਤਾ ਨਹੀਂ ਨੋਨਾ ਵੀ ਉਹਦੇ ਭਤੀਜੇ ਨੂੰ ਜਾਣਦਾ ਵਾ ਪਤਾ ਨਹੀਂ ਉਹਨੇ ਕੁਛ ਖਵਾ ਕੇ ਕਰਾਇਆ ਸਾਡੇ ਦੋਸਤ ਨਾਲ ਇਹ ਹੁਣ ਸਾਨੂੰ ਵੀ ਨਹੀਂ ਪਤਾ ਹੈਗਾ ਹੁਣ ਉਹਨੇ ਖਵਾਇਆ ਸਾਨੂੰ ਸ਼ੱਕ ਪੂਰਾ ਉਹਦੇ 'ਤੇ ਆ ਤੁਸੀਂ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਸਾਡੇ ਯਾਰ ਤੋਂ ਸਾਨੂੰ ਇਨਸਾਫ ਮਿਲੇ ਸਾਡੇ ਜਿਹੜਾ ਨਜਾਇਜ਼ ਪਰਚਾ ਹੋਇਆ ਵਾ ਉਹਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਮ੍ਰਿਤਕ ਸੀਗਾ ਇਸ ਟਾਈਮ ਤੇ ਘਰੋਂ ਬਾਹਰ ਸੀਗਾ ਰਾਤ ਹਾਂਜੀ ਹਾਂਜੀ ਰਾਤ ਘਰੋਂ ਬਾਹਰ ਸੀਗੇ ਜੀ ਕੀ ਕਹਿਣਾ ਚਾਹੁੰਗੇ ਮਰਡਰ ਆ ਜਾਂ ਲੱਗ ਰਿਹਾ ਜਾਂ ਸਾਨੂੰ ਇਹ ਸਾਜ਼ਿਸ਼ ਲੱਗਦੀ ਵੀ ਜੀ ਉਹਨਾਂ ਦੀ ਕੀ ਚਾਹੁੰਦੇ ਹੋ ਅੱਗੇ ਤੁਸੀਂ ਅਸੀਂ ਪੂਰਾ ਆਪਣੇ ਤੇ ਇਨਸਾਫ ਚਾਹੁੰਦੇ ਜੀ ਇਨਸਾਫ ਚਾਹੀਦਾ ਸਾਡੇ ਯਾਰ ਦੋਸਤ ਨੂੰ ਡੈਥ ਹੋਈ ਜੀ ਉਹਦੇ ਬਾਰੇ ਉਹਨਾਂ ਕੀ ਜਾਣਕਾਰੀ ਚਾਹੀਦੀ ਹਾਂ ਉਹਦੇ ਬਾਰੇ ਸਾਨੂੰ ਇਤਲਾਹ ਆਈ ਸੀ ਵੀ ਮਨਪ੍ਰੀਤ ਸਿੰਘ ਇਸ ਬਬਲੂ ਜੀ ਪੁੱਤਰ ਅਜੀਤ ਸਿੰਘ ਹੈ ਜੀ ਜਿਹੜਾ ਵਾਸੀ ਹੈ ਉਹ ਆਪਣੇ ਤਿਲਕ ਨਗਰ ਲੁਧਿਆਣਾ ਦਾ ਰਹਿਣ ਵਾਲਾ ਜੀ ਵੀ ਡੈਥ ਹੋ ਗਈ ਹੈ ਜੀ ਇਹਦੇ ਸੰਬੰਧ 'ਚ ਜਿਹੜਾ ਕੰਪਲੇਂਟ ਉਹਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਜੀ ਅਤੇ ਜਿਹੜੀ ਸਟੇਟਮੈਂਟ ਲਿਖਾਈ ਹੈ ਉਹਦੇ ਆਧਾਰ 'ਤੇ ਅਸੀਂ ਆਪਣੇ ਪੋਸਟਮਾਰਟਮ ਕਰਵਾਇਆ ਉਹਨਾਂ ਨੇ ਆਪਣੀ ਸਟੇਟਮੈਂਟ ਵਿੱਚ ਕੀ ਉਹਦੇ 'ਚ ਇਹ ਲਿਖਾਇਆ ਵੀ ਆਪਣੇ ਕਿਹਾ ਵੀ ਕਿਸੇ ਬੰਦੇ ਨਾਲ ਝਗੜਾ ਹੋਇਆ ਸੀਗਾ ਜੀ ਉਹ ਝਗੜੇ ਦੇ ਆਧਾਰ 'ਤੇ ਉਹ ਦੁਖੀ ਹੋ ਕੇ ਇਹਨਾਂ ਨੇ ਇਹਨੇ ਮਤਲਬ ਸੁਸਾਈਡ ਕੀਤਾ ਜੋ ਵੀ ਹੈ ਲੇਕਿਨ ਕੀ ਕਾਰਨ ਮੌਤ ਦਾ ਕਾਰਨ ਕੀ ਹੈ ਉਹ ਪੋਸਟਮਾਰਟਮ ਰਿਪੋਰਟ ਤੋਂ ਹੀ ਸਾਨੂੰ ਪਤਾ ਲੱਗਿਆ ਕੀ ਉਸ ਮਾਮਲੇ ਦੇ ਵਿੱਚ ਕੋਈ ਕਿਸੇ ਬੰਦੇ ਦੀ ਅਰੈਸਟ ਵਗੈਰਾ ਕੋਈ ਕਿਹੜੇ ਕਿਹੜੇ ਜਿਹੜੇ ਸੁਸਾਈਡ ਆ ਨਹੀਂ ਨਹੀਂ ਕੋਈ ਬਿਲਕੁਲ ਅਭੀ ਕੋਈ ਰੈਸਟ ਨਹੀਂ ਪੜਤਾਲ ਹੋਏਗੀ ਪੜਤਾਲ ਕਰਕੇ ਜੈਸੇ ਵੀ ਹਾਲਾਤ ਹੋਣਗੇ ਉਦੋਂ ਤੱਕ ਕਰਵਾਈ ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ ਵਿਆਹ ਦੇ ਵਿੱਚ ਦੇਰੀ ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ ਸੰਪਰਕ ਕਰੋ 97817 71820